ਤੇ ਉਧਰ ਗੋਦ ਲਏ ਗਏ ਪਿੰਡ ਨੇ ਹੀ ਨਵਜੋਤ ਸਿੰਘ ਸਿੱਧੂ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਪਿੰਡ ਦੀ ਹਾਲਤ ਬਦ ਤੋਂ ਬਦਤਰ ਹੈ। ਟੁੱਟੀਆਂ ਸੜਕਾਂ ਤੇ ਗਲੀਆਂ 'ਚ ਖੜਾ ਗੰਦਾ ਪਾਣੀ, ਚਿੱਕੜ 'ਚੋਂ ਸਿੱਧੂ ਦਾ ਲੰਘਣਾ ਵੀ ਔਖਾ ਕਰਦੇ ਨਜ਼ਰ ਆਏ। ਸਿੱਧੂ ਨੇ ਇੱਥੋਂ ਵਿਕਾਸ ਦਾ ਦਾਅਵਾ ਠੋਕਿਆ ਸੀ, ਮੇਰੇ ਜਿੰਨਾ ਕੋਈ ਵਿਕਾਸ ਕਰਵਾ ਕੇ ਦਿਖਾਵੇ ਮਜੀਠੀਆ, ਇਹ ਵੀ ਉਹਨਾਂ ਨੇ ਸਵਾਲ ਕੀਤਾ ਸੀ। ਤੇ ਉਹਨਾਂ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲਦਾ ਉਹਨਾਂ ਦਾ ਹੀ ਪਿੰਡ ਨਜ਼ਰ ਆਇਆ, ਜਿਸ ਦੇ ਵਿੱਚ ਅਹੁਜ ਉਹ ਪ੍ਰਚਾਰ ਕਰਨ ਦੇ ਲਈ ਪਹੁੰਚੇ। ਸੋ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ, ਚਿੱਕੜ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਲੰਘਣਾ ਵੀ ਔਖਾ ਨਜ਼ਰ ਆਇਆ। ਕਦੇ ਕੱਪੜੇ ਸੰਭਾਲਦੇ ਨਜ਼ਰ ਆਏ ਤੇ ਕਦੇ ਆਪਦੇ ਆਪ ਨੂੰ। ਵਿਕਾਸ ਦਾ ਦਾਅਵਾ ਠੋਕਦੇ ਨਵਜੋਤ ਸਿੰਘ ਸਿੱਧੂ ਦੀ ਇਹ ਤਸਵੀਰ ਵੇਖ ਕੇ ਜ਼ਾਹਿਰ ਤੌਰ 'ਤੇ ਸਵਾਲ ਉੱਠਦੇ ਨੇ, ਸਵਾਲ ਬਣਦੇ ਨੇ। ਪਿੰਡ ਦੀ ਹਾਲਤ ਫਿਲਹਾਲ ਬਦ ਤੋਂ ਬਦਤਰ। ਇਹਨਾਂ ਤਸਵੀਰਾਂ ਦੇ ਵਿੱਚ ਜੋ ਕੈਦ ਹੋਇਆ ਉਹ ਮੰਜ਼ਰ ਤੁਸੀਂ ਦੇਖ ਪਾ ਰਹੇ ਹੋ, ਕਿੰਨੇ ਮੁਸ਼ਕਿਲ ਦੇ ਨਾਲ ਇੱਥੋਂ ਲੰਘਣਾ ਪਿਆ। ਗਲੀਆਂ ਦਾ ਕਿੰਨਾ ਸਾਫ਼ ਸਫਾਈ ਦਾ ਕੰਮ, ਸੀਵਰੇਜ ਦੀ ਦਿੱਕਤ ਅਤੇ ਹੋਰ ਤਮਾਮ ਦਿੱਕਤਾਂ। ਹਜੇ ਤਾਂ ਵੇਲਾ ਦਿਨ ਦਾ ਸੀ, ਜੇ ਰਾਤ ਦਾ ਹੁੰਦਾ ਤਾਂ ਸ਼ਾਇਦ ਸਟਰੀਟ ਲਾਈਟ ਨੂੰ ਲੈ ਕੇ ਵੀ ਸਵਾਲ ਉੱਠਦੇ। ਬਾਕੀ ਤਸਵੀਰਾਂ ਤਾਂ ਬਿਆਨ ਕਰ ਹੀ ਰਹੀਆਂ ਨੇ ਬਖੂਬੀ ਕੀ ਇੱਥੇ ਮੰਜ਼ਰ ਬਣਿਆ, ਕੀ ਹਾਲਾਤ ਬਣੇ। ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ, ਚਿਹਰੇ 'ਤੇ ਮੁਸਕਾਨ ਜ਼ਰੂਰ ਸੀ ਪਰ ਜ਼ਾਹਿਰ ਤੌਰ 'ਤੇ ਕਦਮਾਂ ਨੂੰ ਕੁਝ ਔਖਿਆਈ ਝੱਲਣੀ ਪਈ। ਅਤੇ ਇਸੇ 'ਤੇ ਸਾਡੇ ਸਹਿਯੋਗੀ ਪਰਮ ਸਾਡੇ ਨਾਲ ਜੁੜ ਚੁੱਕੇ ਨੇ। ਪਰਮ, ਅੰਮ੍ਰਿਤਸਰ ਦੀਆਂ ਗਲੀਆਂ ਦਾ, ਅੰਮ੍ਰਿਤਸਰ ਦੀਆਂ ਸੜਕਾਂ ਦਾ ਕੀ ਹਾਲ ਹੈ? ਇਸ ਨੂੰ ਲੈ ਕੇ ਬੜੇ ਦਾਅਵੇ ਵਾਅਦੇ ਕਰਦੇ ਨਵਜੋਤ ਸਿੰਘ ਸਿੱਧੂ ਨਜ਼ਰ ਆਉਂਦੇ ਨੇ, ਅਤੇ ਅੱਜ ਜਦੋਂ ਆਪਣੇ ਹੀ ਗੋਦਲੇ ਪਿੰਡ ਪਹੁੰਚੇ ਤਾਂ ਉਸ ਪਿੰਡ ਨੇ ਉਹਨਾਂ ਦੇ ਤਮਾਮ ਇਹਨਾਂ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਦੌਰਾਨ ਮੀਡੀਆ ਦੇ ਸਵਾਲਾਂ ਤੋਂ ਵੀ ਸ਼ਾਇਦ ਬਚਦੇ ਨਜ਼ਰ ਆਏ ਹੋਣਗੇ, ਕਿਉਂਕਿ ਇਹ ਹਾਲਾਤ ਆਪਣੇ ਮੂੰਹੋਂ ਬਿਆਨ ਕਰਨੇ ਫਿਰ ਔਖੇ ਵੀ ਲੱਗੇ ਹੋਣੇ। ਬਿਲਕੁਲ ਅੰਮ੍ਰਿਤਾ, ਤੁਹਾਨੂੰ ਮੈਂ ਦੱਸਦਿਆਂ ਕਿ ਜਿਹੜੇ ਮੂਧਲ ਪਿੰਡ ਅੱਜ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ, ਉਹਨਾਂ ਉਹੀ ਪਿੰਡ ਉਹਨਾਂ ਨੇ ਆਪਣਾ ਕਿਤੇ ਨਾ ਕਿਤੇ 2017 ਵਿੱਚ ਉਹ ਗੋਦ ਲਿਆ ਸੀਗਾ ਕਿ ਮੈਂ ਇਸ ਪਿੰਡ ਨੂੰ ਗੋਦ ਲੈਂਦਾ। ਪਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਮੂਧਲ ਪਿੰਡ ਦੀਆਂ ਨੇ, ਇਹ ਉਹਨਾਂ ਦੇ ਹਲਕੇ ਦੇ ਪਿੰਡ ਦੀਆਂ ਨੇ, ਜਿੱਥੋਂ ਕਿ ਖੁਦ ਹੀ ਚਿੱਕੜ ਤੋਂ ਬਚਦੇ ਬਚਾਉਂਦੇ ਜਿਹੜੇ ਨੇ ਉਹ ਗਲੀ ਦੇ ਵਿੱਚੋਂ ਜਿਹੜੇ ਇਹ ਲੰਘਦੇ ਦਿਖਾਈ ਦਿੱਤੇ ਨਵਜੋਤ ਸਿੰਘ ਸਿੱਧੂ। ਹਾਲਾਂਕਿ ਉਸ ਬਾਬਤ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੀਡੀਆ ਤੋਂ ਕਿਤੇ ਨਾ ਕਿਤੇ ਕਿਨਾਰਾ ਬਣਾਈ ਰੱਖਿਆ ਉਹਨਾਂ ਨੇ ਇਸ ਮੁੱਦੇ 'ਤੇ। ਪਰ ਜਦੋਂ ਹੀ ਉਹ ਬਾਹਰ ਆਉਂਦੇ ਨੇ ਵਰਕਰਾਂ ਨੂੰ ਮਿਲ ਕੇ, ਅੰਦਰ ਬੰਦ ਕਮਰੇ ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗ ਹੁੰਦੀ ਹੈ, ਉਸ ਕਮਰੇ ਦੇ ਵਿੱਚ ਮੀਡੀਆ ਨੂੰ ਨਹੀਂ ਜਾਣ ਦਿੱਤਾ ਜਾਂਦਾ, ਪਰ ਉਸ ਕਮਰੇ ਦੇ ਵਿੱਚ ਕੀ ਹਾਲਾਤ ਹੋਏ ਉਸ ਬਾਰੇ ਵੀ ਸਾਡੇ ਕਈ ਜਿਹੜੇ ਅੰਦਰ ਸੋਰਸਿਸ ਸੀਗੇ ਉਹਨਾਂ ਤੋਂ ਪਤਾ ਚੱਲਿਆ ਕਿ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਕਿ 5 ਸਾਲਾਂ ਬਾਅਦ ਉਹ ਇੱਥੇ ਆਏ ਨੇ। ਯਾਨੀ ਕਿ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਵਿੱਚ ਲਾਹਨਤਾਂ ਪਾਈਆਂ ਕਿ ਤੁਸੀਂ 5 ਸਾਲਾਂ ਬਾਅਦ ਆਏ ਹੋ, ਸਾਡੇ ਇਸ ਪਿੰਡ ਦਾ ਤੁਸੀਂ ਹਾਲਾਤ ਨਹੀਂ ਪੁੱਛੇ। ਉਹ ਕੱਚੀਆਂ ਗਲੀਆਂ ਸਾਰੇ ਦਰਸ਼ਕਾਂ ਨੇ ਦੇਖੀਆਂ, ਸਾਰਾ ਦੇਸ਼ ਦੇਖ ਰਿਹਾ, ਪੰਜਾਬ ਦੇਖ ਰਿਹਾ। ਉਹ ਜਿਹੜਾ ਹੈ ਪੰਜਾਬ ਮਾਡਲ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਉਦਾਂ ਦਾ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਪੰਜਾਬ ਮਾਡਲ ਦੀ ਗੱਲ ਕਰਦੇ ਨੇ, ਪਰ ਪੰਜਾਬ ਮਾਡਲ ਜਿਹੜਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਹਲਕੇ ਦੇ ਵਿੱਚ ਮੂਧਲ ਪਿੰਡ ਦੇ ਵਿੱਚ ਹੀ ਦੇਖਣ ਨੂੰ ਮਿਲਿਆ, ਜਿੱਥੇ ਕਿ ਚਿੱਕੜ ਬਹੁਤ ਜ਼ਿਆਦਾ ਸੀਗਾ ਅਤੇ ਨਵਜੋਤ ਸਿੱਧੂ ਖੁਦ ਬਚਦੇ ਬਚਾਉਂਦੇ ਉਸ ਚਿੱਕੜ ਤੋਂ ਜਿਹੜਾ ਹੈ ਉਸ ਘਰ ਤੱਕ ਪਹੁੰਚੇ। ਫਿਲਹਾਲ ਗੱਲ ਕਰੀਏ ਬਿਆਨਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਪੁੱਛੇ ਗਏ, ਪਰ ਚਰਨਜੀਤ ਸਿੰਘ ਚੰਨੀ ਬਾਰੇ ਪੁੱਛਿਆ ਗਿਆ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾ ਦਿੱਤਾ, ਕੀ ਕਹਿਣਾ ਤੁਹਾਡਾ ਇਸ 'ਤੇ? ਹਾਲਾਂਕਿ ਉਹ ਸ਼ੇਰੋ ਸ਼ਾਇਰੀ ਕਰਦੇ ਨਜ਼ਰ ਆਏ, ਨਾਲ ਹੀ ਬਾਦਲ ਪਰਿਵਾਰ ਦੇ ਉੱਤੇ ਵੀ ਉਹਨਾਂ ਕਿਤੇ ਨਾ ਕਿਤੇ ਜਿਹੜਾ ਹੈ ਭੰਡਦੇ ਉਹਨਾਂ ਨੂੰ ਨਜ਼ਰ ਆਏ ਕਿ ਪੰਜਾਬ ਨੂੰ ਉਹਨਾਂ ਨੇ ਵੇਚ ਕੇ ਖਾਧਾ ਹੈ। ਜਾਂ ਮਜੀਠੀਆ ਦੀ ਗੱਲ ਕਰੀਏ, ਉਹਨਾਂ ਨੂੰ ਵੀ ਇੱਕ ਵਾਰ ਫਿਰ ਉਹਨਾਂ ਨੇ ਤਸਕਰ ਕਹਿ ਕੇ ਸੰਬੋਧਨ ਕੀਤਾ। ਸੋ ਇਹ ਤਮਾਮ ਗੱਲਾਂ, ਕਿਉਂਕਿ ਅਸੀਂ ਜੋ ਵੀ ਸਵਾਲ ਉਹਨਾਂ ਤੋਂ ਪੁੱਛਦੇ ਹਾਂ ਉਸ ਤੋਂ ਉਲਟ ਹੋ ਕੇ ਉਹਨਾਂ ਨੇ ਉਹ ਜਵਾਬ ਦੇਣਾ ਹੁੰਦਾ। ਜੇਕਰ ਅਸੀਂ ਪੰਜਾਬ ਮਾਡਲ ਦੀ ਗੱਲ ਕੀਤੀ ਹੈ ਕਿ ਪੰਜਾਬ ਮਾਡਲ ਦੀ ਤੁਸੀਂ ਗੱਲ ਕਰਦੇ ਹੋ, ਕਦੋਂ ਲਾਗੂ ਹੋਵੇਗਾ, ਹੋਵੇਗਾ ਜਾਂ ਨਹੀਂ ਹੋਵੇਗਾ? ਕਿਉਂਕਿ ਹੁਣ ਤਾਂ ਚੰਨੀ ਹੋਰੀ ਜਿਹੜੇ ਨੇ ਮੁੱਖ ਮੰਤਰੀ ਦੇ ਉਮੀਦਵਾਰ ਐਲਾਨ ਦਿੱਤੇ ਨੇ, ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਮਾਡਲ ਮੇਰਾ ਨਹੀਂ ਹੈ। ਅੱਜ ਉਹਨਾਂ ਦੇ ਬਿਆਨ ਜਿਹੜੇ ਨੇ ਅੰਮ੍ਰਿਤਾ ਪਲਟ ਚੁੱਕੇ ਨੇ, ਉਹਨਾਂ ਨੇ ਕਿਹਾ ਮਾਡਲ ਮੇਰਾ ਨਹੀਂ ਹੈ, ਮਾਡਲ ਜਿਹੜਾ ਹੈ ਕਾਂਗਰਸ ਦਾ ਹੈ, ਕਾਂਗਰਸ ਹਾਈ ਕਮਾਂਡ ਦਾ। ਚੰਨੀ ਦੇ ਨਾਲ ਸਮਰਥਨ ਦੀ ਗੱਲ ਕਹੀ, ਜੇਕਰ ਸਾਡੇ ਵੱਲੋਂ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਸਮਰਥਨ ਕਾਂਗਰਸ ਨੂੰ ਹੈ, ਹਾਈ ਕਮਾਂਡ ਨੂੰ ਹੈ, ਹਾਈ ਕਮਾਂਡ ਜਿਹੜਾ ਵੀ ਫੈਸਲਾ ਲੈਂਦੀ ਹੈ ਮੈਂ ਉਸ ਦੇ ਨਾਲ ਹਾਂ। ਸੋ ਕਿਤੇ ਨਾ ਕਿਤੇ ਬਿਆਨ ਜਿਹੜੇ ਨੇ ਹੁਣ ਕੱਲ੍ਹ ਵਾਲੇ ਜਿਹੜੇ ਹੈ ਉਹ ਨਹੀਂ ਰਹੇ। ਜਦੋਂ ਤੋਂ ਹੀ ਮੁੱਖ ਮੰਤਰੀ ਦਾ ਚਿਹਰਾ ਚੰਨੀ ਨੂੰ ਐਲਾਨਿਆ ਗਿਆ, ਉਹ ਜੋ ਰੌਣਕ ਅਸੀਂ ਕਹਿ ਸਕਦੇ ਹਾਂ ਚਿਹਰੇ ਤੇ ਨਵਜੋਤ ਸਿੰਘ ਸਿੱਧੂ ਦੇ ਹੁੰਦੇ ਸੀਗੀ, ਸਮਾਇਲ ਤਾਂ ਸੀ ਪਰ ਉਹ ਵੀ ਰੌਣਕ ਸੀ। ਤਸਵੀਰਾਂ ਤੁਸੀਂ ਪਹੁੰਚਦੀਆਂ ਕੀਤੀਆਂ, ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਸਾਂਝੀ ਪਾਉਣ ਦੇ ਲਈ, ਬਹੁਤ ਧੰਨਵਾਦ।